ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੋਪੀ ਖਾਪੜਗੜੀ ਵਾਲਾ। ਹੋ ਸਕਦਾ ਸਕੈਮ ਹੋਵੇ, ਅੱਜ ਚੱਲਿਆ ਫਿਰ ਮੈਂ ਆਪਣੇ ਯਾਰ ਕੋਲ ਸੁੰਦਰ ਚੱਕੀ ਵਾਲੇ ਕੋਲ ਚੱਲਿਆ ਮੈਂ, ਅਤੇ ਭਰਾ ਬੜਾ ਕੰਮ ਆ ਅਤੇ ਫੋਨ ਕੀਤਾ ਆਪਾਂ ਚੱਲੇ ਨਾ ਹੋਵੇ ਅਤੇ ਆ ਜਾਓ ਫਿਰ ਚੱਲਦੇ ਹਾਂ। ਆਪਾਂ ਸੁੰਦਰ ਦੀ ਚੱਕੀ ਪਹੁੰਚੇ, ਭਰਾ ਹੈ ਨਹੀਂ ਸੁੰਦਰ ਇੱਥੇ, ਪਤਾ ਨਹੀਂ ਕਿੱਥੇ ਹੈਗਾ ਬੰਦੇ ਉੱਥੇ। ਹਾਂਜੀ ਜੀ, ਇਹ ਮੇਰੇ ਚਾਚੇ ਰਮਣੀ ਦੀ ਸ਼ੋਪ ਹੈ, ਏ ਸੀ ਵਾਲੀ। ਇਹ ਲਾਗੇ ਨੰਗ ਭੱਲਾ ਕਲੋਨੀ, ਅਤੇ ਜਿਨ੍ਹਾਂ ਨੇ ਰਹਿਣਾ ਵੀ ਏ ਸੀ ਜਾਂ ਸਰਵਿਸ ਕੁਛ ਵੀ ਸਰਵਿਸ ਕਰਵਾਉਣੀ ਹੋਵੇ ਅਤੇ ਏ ਸੀ ਲੈਣਾ ਹੋਵੇ ਨਵਾਂ, ਅਤੇ ਇਹਨਾਂ ਨੂੰ ਕਰ ਸਕਦੇ ਹੋ ਨਾ ਉਹ ਨੰਬਰ। ਠੀਕ ਆ। ਹਾਂਜੀ, ਇਹਨਾਂ ਦੀ ਹੈਗੀ ਆ ਭੱਲਾ ਕਲੋਨੀ ਸ਼ੋਪ ਆ, ਏ ਸੀ ਸਰਵਿਸ ਕਰਦੇ ਹੋ ਕੁਛ ਵੀ ਏ ਸੀ ਜਾਂ ਅਤੇ ਵੋਲਟਾ ਕੰਪਨੀ ਕੋਈ ਵੀ ਏ ਸੀ ਦੀ ਕੋਈ ਵੀ ਤੁਹਾਨੂੰ ਹੈ ਨਾ ਲੈਣਾ ਹੋਵੇ ਸੈਕਿੰਡ ਹੈਂਡ, ਇਹਨਾਂ ਨੂੰ ਕਾਲ ਕਰ ਸਕਦੇ। ਠੀਕ ਆ, ਮੈਂ ਉੱਤੇ ਦੇ ਦਾ ਨੰਬਰ। ਹਾਂਜੀ, ਸਾਡੇ ਚਾਚਾ ਜੀ ਨਹੀਂ ਸ਼ੋਪ ਆ ਏ ਸੀਆਂ ਦੀ ਆ, ਜੋ ਵੀ ਲੈਣਾ ਹੋਵੇ ਅਤੇ ਹੈਪੀ ਬਾ ਇਲਾਕੇ ਨਾਲ ਆ ਗਿਆ ਫੰਡ ਵਾਲਾ ਚੱਕੀ ਨਗਰ ਚੱਕੀ ਨਗਰ, ਅਤੇ ਆਪਣਾ ਕੀ ਕੰਮ ਹੈ ਸਾਰਾ ਪੀ ਦੱਸ ਦਿਓ। ਬਿਜਲੀ ਘਰ ਦੇ ਨਾਲ ਵਾਲੀ ਗਲੀ 'ਚ। ਅੱਛਾ, ਆਪਣਾ ਕੀ ਕੰਮ ਹੈ ਸਾਰਾ? ਮੇਰਾ ਭਰਾ ਇਹ ਨਾਲ ਹੀ ਕੱਟੇ ਹੁੰਦੇ ਨੇ, ਪਿੰਡ ਇਹਨਾਂ ਦਾ ਖਬਰ ਕਿਹੜੀ ਆ? ਆਪਣਾ ਵੀਰ ਆ, ਆਹ ਇਹਨਾਂ ਦੀ ਸ਼ੋਪ ਹੈ ਇੱਥੇ। ਅਤੇ ਆਪਣਾ ਕੀ ਇੱਥੇ ਕੀ ਸਾਰਾ ਕੁਛ ਹੁੰਦਾ? ਆਪਾਂ ਇਨਵੈਟਰੀ ਬੈਟਰੀ ਤਿਆਰ ਕਰਦੇ ਹਾਂ, ਅੱਛਾ, ਨਵੇਂ ਵੀ ਵੇਚਦੇ ਹਾਂ, ਪੁਰਾਣੇ ਵੀ ਰਿਪੇਅਰ ਕਰਦੇ ਹਾਂ। ਅੱਛਾ ਅੱਛਾ, ਬਾਕੀ ਆਰਓ ਦਾ ਕੰਮ ਵੀ ਹੈ। ਅੱਛਾ ਅੱਛਾ, ਸਾਰੇ ਕੰਮ ਆ। ਠੀਕ ਹੈ, ਅਤੇ ਆਪਣਾ ਫੋਨ ਨੰਬਰ ਦੱਸ ਦਿਓ। ਨੰਬਰ ਦੇਖੇ? ਅੱਛਾ, ਆ ਭਾਈ ਨੂੰ ਠੀਕ ਆ, ਨੰਬਰ 'ਤੇ ਕਾਲ ਕਰ ਦਿਓ ਅਤੇ ਇੱਥੇ ਆਇਓ। ਅਤੇ ਜੇ ਕਿਸੇ ਨੂੰ ਏ ਸੀਆਂ ਦੀ ਕੁਛ ਵੀ ਸਰਵਿਸ ਕਰਵਾਉਣੀ ਹੈ ਤਾਂ ਕਰਾ ਸਕਦੇ। ਠੀਕ ਆ ਪੀ ਵੀਰ, ਆਪਾਂ ਪੀ ਰਹੇ ਹਾਂ ਜੂਸ। ਹਾਂਜੀ ਜੀ, ਹੋਰ ਆਪਾਂ ਛਕਣ ਲੱਗੇ ਪ੍ਰਸ਼ਾਦਾ, ਅਤੇ ਤਿੰਨ ਦਾ ਟਾਈਮ ਹੋ ਗਿਆ ਅਤੇ ਆ ਗਏ ਛਕਦੇ ਪ੍ਰਸ਼ਾਦਾ। ਅਤੇ ਇਹ ਹੈਗੇ ਨਾਲੇ ਮਿੱਸੇ ਪ੍ਰਸ਼ਾਦੇ, ਅਤੇ ਛਕਦੇ ਹਾਂ। ਹਾਂਜੀ, ਆਪਾਂ ਪ੍ਰਸ਼ਾਦੇ ਦੇ ਹਾਂ ਗਰਮ ਕਰਨ, ਅਤੇ ਹੁਣ ਛਕਾਂਗੇ। ਨਾ ਹੋਵੇ ਦਹੀਂ ਹੋਵੇ ਅਤੇ ਨਾਲ ਹੋਵੇ ਮਲਾਈ ਹੈਗਾ। ਆਈ ਸ਼ਾਬਾਸ਼ ਆਈ ਆ, ਨਾਲ ਹੋਣਾ ਚਾਹੀਦਾ ਮਲਾਈ। ਅਤੇ ਇਹਨਾਂ ਅਤੇ ਇੱਕ ਨਾ ਇੱਕ ਹੈਗਾ ਵੀਰ ਆ, ਉਹ ਨਾ ਚਲੋ ਵੀ ਰੋਸਟ ਕਰਦਾ ਰਾ, ਅਤੇ ਚਲੋ ਹੈ ਨਾ ਕਰਨਾ ਵੀ ਚਾਹੀਦਾ ਰੋਸਟ, ਹੈ ਨਾ ਵੀ ਜਿੱਥੇ ਸਾਡੀ ਹੁੰਦੀ ਹੈ ਗਲਤੀ, ਬਟ ਇਹਨਾਂ ਟੂਣੀ ਦਾ ਹਿਸਾਬ ਲੱਗਦਾ ਵੀ ਉਹ ਗਾਲਾਂ ਗਾਲੀਆਂ ਕਰਦਾ। ਅਤੇ ਇੱਕ ਨੇ ਮੇਰਾ, ਮੈਨੂੰ ਪਤਾ ਬਾਈ ਤੂੰ ਮੇਰਾ ਵਲੌਗ ਵੇਖਣਾ, ਵੀ ਜਿੱਦਣ ਹੀ ਮੈਨੂੰ ਪਤਾ ਲੱਗ ਗਿਆ ਵੀ ਤੂੰ ਹੈ ਕਿੱਥੋਂ ਦਾ, ਫਿਰ ਮੈਂ ਜਾਣੂੰ ਮੈਂ ਕੌਣ ਅਤੇ ਤੂੰ ਕੌਣ। ਉਹ ਤਾਂ ਮੈਂ ਅੱਜ ਨਹੀਂ ਅਤੇ ਕੱਲ੍ਹ ਪਤਾ ਲੱਗ ਹੀ ਜਾਣਾ, ਫਿਰ ਆਣ ਕੇ ਤੇਰੇ ਘਰ ਆਣ ਕੇ ਉਹ ਮੈਂ ਜੂਤ ਫਿਰ ਉਹਨਾਂ ਦਾ ਹਿਸਾਬ ਨਹੀਂ ਪਤਾ ਤਾਂ ਮੈਨੂੰ ਲੱਗ ਹੀ ਜਾਣਾ ਅੱਜ ਭਰ ਕੇ, ਫਿਰ ਵੇਖੀ ਮੈਂ ਤੇਰਾ ਕੀ ਆ ਮੇਰਾ ਪੁੱਤ ਕਰਦਾ ਫਿਰ ਵੇਖੀ। ਹਾਂ ਬਾਈ, ਹਾਂਜੀ ਬਾਈ, ਮੰਨ ਦੇ ਜਿੱਥੇ ਸਾਡੀ ਗਲਤੀ ਉੱਥੇ ਤੂੰ ਮੈਨੂੰ ਸਮਝਾ, ਪਰ ਇਹ ਨਹੀਂ ਸਮਝਾਉਣਾ ਵੀ ਤੂੰ ਮਾਮਾ ਭੈਣਾਂ ਦੀ ਕਰ ਦਾਂਗਾ। ਹਾਂ ਅਤੇ ਬਾਈ ਥੋੜ੍ਹਾ ਸਮਝ ਗਏ ਸੀ, ਦੋ ਦਿਨ ਆ ਉਹ ਤਾਂ ਮੈਂ ਆਪੇ ਪਤਾ ਲੱਗੂ, ਮੈਂ ਤੈਨੂੰ ਕਹਿਣਾ ਨਹੀਂ ਵੀ ਤੂੰ ਪੋਸਟ ਕਰ ਲੀਡ ਕਰ ਜਾਂ ਕਿੱਦਾਂ ਜਾਂ ਮਾਫੀ ਤਾਂ ਮੈਂ ਮੰਗਣੀ ਨਹੀਂ ਕਿ ਠੀਕ ਹੈ ਦੋਸਤ, ਅਤੇ ਤੈਨੂੰ ਪਤਾ ਲੱਗ ਹੀ ਜਾਣਾ ਉੱਪਰ ਨਾ ਤੂੰ ਆਉਣਾ ਸਾਹਮਣੇ ਆ ਫਿਰ ਪਤਾ ਲੱਗੂਗਾ, ਕੋਈ ਨਹੀਂ ਅੱਜ ਭਰ ਗਿਆ ਤੇ ਪਤਾ ਪਤਾ ਲੱਗ ਹੀ ਜਾਣਾ। ਜੇ ਮੰਨ ਲਾ ਮੇਰੇ ਤੋਂ ਮਿਸਟੇਕ ਹੋ ਗਈ ਆ ਕਿ ਨਾ ਮੈਂ ਫੇਸ ਆ ਗਿਆ ਨਾਲ ਦੀ ਦਾ, ਤੂੰ ਵੀਡੀਓ ਪਾ ਕੇ ਦੋ ਤਿੰਨ ਦਾ ਲੱਖ ਵਿਊ ਲੈ ਲਿਆ, ਕੋਈ ਚੱਕਰ ਨਹੀਂ। ਬਟ ਇਹ ਆ ਵੀ ਜਿਹੜੀ ਤੂੰ ਮਾਂ ਭੈਣੇ ਨੇ ਗਾਲਾਂ ਕੱਢਦਾ ਜਾਂ ਕਿਸੇ ਦੇ ਹੋਰ 'ਤੇ ਵੀ ਧੀ ਪਾਈ ਤਿੰਨ ਚਾਰ ਹੈ ਨਾ ਵੀ ਇਹ ਕਰਦਾ ਵੀ ਰੋਸਟ ਕਰਦਾ, ਥੋੜ੍ਹਾ ਆਪਣੇ ਹਿਸਾਬ ਨਾਲ ਪੀ ਰਿਹਾ ਕਰ, ਪਤਾ ਮਾਵਾਂ ਭੈਣਾਂ ਸਾਰਿਆਂ ਦੇ ਘਰ ਹੈਗੀਆਂ ਤੇਰੇ ਘਰ ਵੀ ਹੈਗੀ ਆ, ਪਹਿਲਾਂ ਆਪਣੀ ਮਾਂ ਬਾਰੇ ਸੋਚ ਲਾ,
ਆਪਣੀ ਭੈਣ ਬਾਰੇ ਬੋਲਿਆ ਵੀ ਕੀ ਹੁੰਦੀ ਆ ਗੱਲ ਵੀ ਚੱਜ ਨਾਲ ਮਤਲਬ ਸ਼ੂਟ ਕਰ ਜਾ ਸਾਡੀ ਤਾਂ ਕਰ ਕੀ ਰੋਲ ਤੂੰ ਠੀਕ ਹੈ ਨਾ ਅਤੇ ਕੱਲ੍ਹ ਪਰਸੋਂ ਤੱਕ ਸਦਾ ਦਿਨ ਲੱਗ ਹੀ ਜਾਣਾ ਮੈਨੂੰ ਫਿਰ ਮੈਂ ਤੈਨੂੰ ਦੱਸੂੰਗਾ ਕੀ ਚੀਜ਼ ਹੈ ਓਕੇ ਮੰਮਾ ਦੇ ਆ ਸਬਜ਼ੀ ਸਬਜ਼ੀ ਕੀ ਬਣਾਓਗੇ ਭਿੰਡੀ ਯਾਰ ਮੇਰੇ ਫੇਵਰੇਟ ਹੀ ਭਿੰਡੀਆਂ ਹਾਂ ਚਲੋ ਚੌਲ ਬਣਾ ਲਏ ਵੈਰੀ ਗੁੱਡ ਅਤੇ ਮੰਮਾ ਨੇ ਲਾਏ ਆ ਸ਼ਬਦ ਲਾਏ ਆ ਅਤੇ ਆਪਾਂ ਮੰਮਾ ਨੂੰ ਦੇ ਮੰਗੇ ਪ੍ਰਸ਼ਾਦਾ ਹਲੋ ਮੰਮਾ ਜੀ ਛਕੋ ਠੀਕ ਆ ਪਾਣੀ ਲੈਣਾ ਅਸੀਂ ਲੰਘੇ ਪ੍ਰਸ਼ਾਦਾ ਛਕਣ ਮਾਰਿਆ ਚਾਰ ਹਾਂਜੀ ਮੰਮੀ ਬੜਾ ਪੱਖਾ ਲਾ ਕੇ ਬੈਠੇ ਵਿਚਾਰੀ ਬੈਠੀ ਸਤਿ ਸ਼੍ਰੀ ਅਕਾਲ ਜੀ ਆਪਣੀ ਮੰਮੀ ਜਿਹਦੇ ਜਿਹਦੇ ਤੂੰ ਛੋਟੀ ਨਹੀਂ ਉਦੋਂ ਨਹੀਂ ਕੋਈ ਗੱਲਾਂ ਮਤਾ ਦੱਸ ਹੈਂ ਦੱਸ ਦੇ ਕੋਈ ਤੇਰੀ ਹੈਗੀ ਨਾ ਜੀ ਸਹੇਲੀ ਸਹੇਲੀਆਂ ਨਾ ਕੀ ਸਹੇਲੀ ਸਹੇਲੀਆਂ ਦਾ ਦੱਸ ਦੇ ਹੁਣ ਹਾਂ ਉਹ ਉੱਥੋਂ ਦੀ ਕੋਈ ਤੈਨੂੰ ਚੇਤਾ ਹੋਵੇ ਯਾਦ ਹੋਵੇ ਕੋਈ ਚਾਚਾ ਚਾਚੀ ਕੋਈ ਤਾਈ ਅਤੇ ਕੋਈ ਅਤੇ ਕੋਈ ਭੂਆ ਅੱਛਾ ਇੱਕ ਜੀ ਆਪਾਂ ਉੱਥੇ ਗਏ ਨਾ ਤੇਰੀ ਹਾਂ ਉਹ ਕਿਉਂ ਵੀ ਉਹਨਾਂ ਨੇ ਕਿੰਨੇ ਜੀ ਬੱਚੇ ਹੈਂ ਨਹੀਂ ਤਰ ਵੀ ਜਦੋਂ ਸਵੇਰ ਦਾ ਸਕੂਲ ਦਾ ਟਾਈਮ ਹੁੰਦਾ ਮੈਂ ਨਾ ਮੰਮੀ ਕਹਿੰਦੀ ਫੋਟੋ ਉੱਠ ਸਕੂਲ ਦਾ ਟਾਈਮ ਹੋ ਗਿਆ ਉਦੋਂ 7 ਜਾਂ 8 ਵਜੇ ਦੇ ਇੰਨੀ ਕੁ 6 ਜਾਂ 7 ਵਜੇ ਤੱਕ ਇੰਨੀ ਕੁ ਨੀਂਦ ਹੁੰਦੀ ਨਾ ਅੱਖਾਂ 'ਚ ਜਿਹੜੇ ਹਾਂ ਅਤੇ ਦੱਸ ਇੱਥੇ ਪਾਪਾ ਆਏ ਸੀ ਹੁਣ ਚਿੱਦੋ ਵਜੇ ਵੀ ਉਹਨੇ ਕਹਿਣਾ ਫਿਰ ਪੈਣਾ ਅਤੇ ਝੋਲਾ ਚੁੱਕ ਕੇ ਚੜ ਜਾਣਾ ਮੈਂ ਸਕੂਲ ਚ ਗਏ ਜਿਹਦਾ ਪਤਾ ਵੀ ਡੈਡੀ ਲੰਘ ਗਿਆ ਠਾਂਦੇ ਗੋਪੀ ਨੂੰ ਝੋਲੇ ਦੇ ਘਰ ਮਾਰ ਲਈ ਇਹਨਾਂ ਨੇ ਮੈਨੂੰ ਉੱਥੇ ਪਾਈ ਨਾ ਉਹਦੇ ਸ਼ਹਿਰ ਪਾਇਆ ਸਕੂਲੇ ਖੰਡ ਵਾਲੇ ਲੱਗ ਗਿਆ ਉਦੋਂ ਵੈਨ ਆਉਂਦੀ ਹੁੰਦੀ ਹੈ ਮੰਮੀ ਮੇਰਾ ਜੀ ਨਹੀਂ ਲੱਗਦਾ ਹੁੰਦਾ ਮੈਂ ਆ ਜਾਂਦਾ ਬੜਾ ਰੋਣਾ ਹੁੰਦਾ ਮੈਂ ਸਕੂਲ ਤੇ ਪੜ੍ਹ ਕੇ ਨਹੀਂ ਖੁਸ਼ ਹੈਗਾ ਨਲਾਇਕ ਬੱਚਾ ਹੁੰਦਾ ਸੀ ਮੂੰਹ ਦੇ ਮੇਰੀ ਬੇਇੱਜ਼ਤੀ ਬੇਇੱਜ਼ਤੀ ਕਰਨੀ ਹੋਰ ਬੇਇੱਜ਼ਤੀ ਸੱਚੀ ਸੱਚੀ ਫਿਰ ਚਲੋ ਕੋਈ ਤੇ ਆਪਾਂ ਕੀ ਆਪਾਂ ਤੇ ਆਪਾਂ ਕੀ ਪਲੱਸ ਟੂ ਕੀਤੀ ਕਿ ਬੀ ਐੱਮ ਏ ਕੀਤੀ ਮੰਮੀ ਨੇ ਪਤਾ ਹੀ ਡਬਲ ਐੱਮ ਏ ਕੀਤੀ ਮੰਮੀ ਨੇ ਹਾਉ ਮਚ ਯੂ ਮਾਈ ਫਾਈਨ ਇਟ ਇਜ਼ ਗੁੱਡ ਲਾਈਫ ਦਾ ਇੰਜਾ ਬਿਜੀ ਲਾਈਫ ਆਈ ਡੋਂਟ ਓਕੇ ਸਤਿ ਸ਼੍ਰੀ ਅਕਾਲ ਜੀ ਮੰਮੀ ਨੇ ਮੈਨੂੰ ਚਿਹਰੇ ਚਿਹਰੇ ਖਾਣਾ ਦੇਣਾ ਅਤੇ ਮੈਂ ਚਲੇ ਜਾਣਾ ਸਕੂਲੇ ਅਤੇ ਮੌਜਾਂ ਬੜੀਆਂ ਲਈਆਂ ਸਕੂਲ ਦਾ ਪਹਿਲੀ ਤਾਂ ਲੈ ਗਏ ਅਤੇ ਪਿਆਰ ਨੂੰ ਨਾ ਫਿਰ ਉਹ ਮਿਲਦੀ ਹੁੰਦੀ ਕਣਕ ਮਿਲਦੀ ਹੁੰਦੀ ਕਣਕ ਚੌਲ ਹੈ ਨਾ ਉਹ ਅੜੀ ਲਿਆਉਂਦੇ ਹੁੰਦੇ ਕਣਕ ਚੌਲ ਸਕੂਲ ਟਾਈਮ ਹੁੰਦੇ ਕਣਕ ਚੌਲ ਮਿਲਦੇ ਤੁਹਾਨੂੰ ਮਿਲੇ ਸਾਨੂੰ ਮਿਲਦੀ ਹੁੰਦੀ ਕਣਕ ਹਾਂ ਉਹ ਵੀ ਮਿਲਦੇ ਸਾਨੂੰ ਉਹ ਵੀ ਮਿਲਦੀ ਹੁੰਦੀ ਅਤੇ ਕਣਕ ਵੀ ਮਿਲਦੀ ਹੁੰਦੀ ਭਾਂਡੇ ਖੜਨੇ ਮੈਂ ਦੂਰੀ ਦੂਰੀ ਵਾਰੀ ਲੈਂਡ ਲੱਗਦਾ ਨਾ ਮੇਰੇ ਫੇਵਰੇਟ ਚੌਲ ਹੁੰਦੇ
ਕੜੀ ਚੌਲ ਜਦੋਂ ਮੈਲਾ ਜਦੋਂ ਬਣਦਾ ਨਾ ਕੜੀ ਚੌਲ ਰਾਜਮਾ ਚੌਲ ਜਾਂ ਬੜਾ ਮਿਸ ਕੀਤਾ ਅਤੇ ਆਪਣੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਕਿੰਨਾ ਨੂੰ ਮਿਲਦੀ ਹੁੰਦੀ ਕਣਕ ਠੀਕ ਆ ਅਤੇ ਮੈਂ ਮੈਸੇਜ ਵੀ ਕਰੂੰਗਾ ਮੈਂ ਨਹੀਂ ਸ਼ਹਿਰਾਂ ਕਿਉਂ ਨਹੀਂ ਮਿਲਦੀ ਕਣਕ ਹੁਣ ਖਾਣਾ ਹੀ ਮਿਲਦਾ ਬਸ ਓਏ ਅੱਧੀ ਛੁੱਟੀ ਕਦੇ ਸਾਰੀ ਕਦੇ ਓਏ ਅੱਧੀ ਛੁੱਟੀ ਕਿਹੜੇ 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 ਅੱਧੀ ਛੁੱਟੀ ਕਦੇ ਸਾਰੀ ਕਦੇ ਨਹੀਂ ਨਹੀਂ ਅੱਧੀ ਛੁੱਟੀ ਕਦੇ ਸਾਰੀ ਦਾਲ ਕਰਾਰੀ ਕਰਾਰੀ ਕਦੇ ਕਦੇ ਤੂੰ ਵਾਲੇ ਚੌਲ ਬਣੇ ਕਦੇ ਦਾਲ ਕਰਾਰੀ ਇੱਦਾਂ ਦਾ ਸੌਂਗ ਨਹੀਂ ਬੜਾ ਗੁੰਦੇ ਨਹੀਂ ਅਤੇ ਜਿਹਦੇ ਨਾ ਕਿ ਸਾਡਾ ਹਿੰਦੀ ਵਾਲਾ ਸਾਰ ਹੁੰਦਾ ਜੀ ਉਹਦੀ ਕਾਪੀ ਹੈ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਸਟਿੱਕਰ ਸਟੁੱਕਰ ਲਾ ਕੇ ਅਤੇ ਕਾਕੀ ਜਿਹੜਾ ਹੁੰਦਾ ਨਹੀਂ ਮਾੜੀ ਜਿਹੀ ਉੱਪੜ ਗਈ ਨਾ ਉਹਨੇ ਚਪੇੜਾ ਅਤੇ ਪੁੱਟਿਆ ਅਤੇ ਡੰਡੇ ਹੋਰ ਭਾਵੇਂ ਕਿਸੇ ਦੀ ਕਾਪੀ ਹੋਵੇ ਤਿਆਰ ਹੋਵੇ ਹਾਂ ਮਲੂਕਸਰ ਉਹਦੀ ਹਿੰਦੀ ਵਾਲੀ ਕਾਪੀ ਹੈ ਕੰਮ ਵੀ ਹੋਣਾ ਚਾਹੀਦਾ ਵਾ ਅਤੇ ਭਾਵੇਂ ਕੋਈ ਬੱਚਾ ਹੋਵੇ ਨਾ ਪੂਰਾ ਕਿੰਨਾ ਲਾਇਕ ਉਹਦੀ ਕਾਪੀ ਹੈ ਪੂਰੀ ਵੀ ਬਣਨੀ ਚਾਹੀਦੀ ਆ ਅਤੇ ਜੇ ਨਾ ਬਣੀ ਤਾਂ ਇੱਕ ਨਾ ਵਿਚਾਰੀ ਇਹਦੀ ਮਨਪ੍ਰੀਤ ਉਹਦਾ ਨਾ ਮਨ ਮਨਪ੍ਰੀਤ ਹੀ ਚਾਹੀਦਾ ਨਹੀਂ ਨਹੀਂ ਕੁੜੀ ਉਹਦੀ ਕਾਪੀ ਪੁਰਾਣੀ ਉਹਦੀ ਚਾਚੀ ਦੀ ਕੁੜੀ ਨੇ ਪਾੜਤੀ ਉਹ ਜਦੋਂ ਦੇਖਣ ਲੱਗੇ ਅਤੇ ਉਹ ਚੈੱਕ ਕਰਨ ਲੱਗੇ ਉਹਦੀ ਹੈ ਗੁੱਤੋਂ ਫੜੇ ਘੁੰਮਾਤੀ ਮੇਰਾ ਹੌਸਲਾ ਬੰਦ ਕਹਿੰਦਾ ਉਹਦੀ ਆ ਤੂੰ ਤੈਨੂੰ ਬੜਾ ਕਹਿੰਦਾ ਤੂੰ ਕਾਪੀ ਦਾ ਮੈਂ ਸਾਹਿਬ ਜੀ ਮੇਰੀ ਪੂਰੀ ਆ ਕਹਿੰਦਾ ਪਤਾ ਤਾਂ ਮੈਨੂੰ ਪੂਰੀ ਹੈ ਤੇਰਾ ਵੀ ਹਨੇਰੀ ਲਿਆਵਾਂ ਉਹਨੇ ਮੈਂ ਹਨੇਰੀ ਲਿਆਂਦੀ ਪੂਰੀ ਅਤੇ ਮੈਨੂੰ ਨਾ ਉਹ ਨਾ ਇੱਕ ਵਿਚਾਰੀ ਆਈ ਮੈਡਮ ਨਵੀਂ ਨਵੀਂ ਅਤੇ ਉਹ ਵੀ ਉਹਨੇ ਨਾ ਮੈਨੂੰ ਨਾ ਮਨੀਟਰ ਸੰਗੀਤਾ ਮੈਡਮ ਵੀ ਉਹਨੇ ਨਾ ਮੈਨੂੰ ਨਾ ਮਨੀਟਰ ਉਹ ਕਰਤਾ ਕਲਾਸ ਦਾ ਪ੍ਰਕਾਸ਼ ਮੈਡਮ ਪ੍ਰਕਾਸ਼ ਮੈਡਮ ਮਮਤਾ ਮੈਡਮ ਬਿੱਟੀ ਮੈਡਮ ਅਤੇ ਇੱਕ ਉਹ ਮੈਡਮ ਹੋ ਜਾਂਦੀ ਮੋਟੀ ਜਿਹੀ ਅੱਖ ਦੇ ਚੱਲੀ ਫਰਕ ਹੁੰਦਾ ਉਹ ਬੜੀ ਚਲਾਕ ਨਹੀਂ ਮੈਥ ਵਾਲੀ ਸਾਰੀਆਂ ਮੈਡਮ ਲੱਗੀ ਸਾਡਾ ਜਿਹੜਾ ਜਿਹੜੀ ਸਾਡੇ ਹਾਂ ਪੀ ਡੀ ਮਾਸਟਰ ਉਹ ਬੰਦਾ ਹੀ ਰਾਜ ਉਹਨੇ ਜਿਹਨੂੰ ਫਿਰ ਚਲੋ ਜੀ ਚਲੋ ਜੀ ਘਾਹ ਨੂੰ ਪਾਣੀ ਲਾਓ ਘਾਹ ਨੂੰ ਪਾਣੀ ਲਾਉਣਾ ਪੈਪ ਕੱਟੀ ਗਾ ਲੈਣੀ ਪਾਣੀ ਲਾ ਲਾ ਕੇ ਪੜਾ ਪੂਰਾ ਇੰਜੋਏ ਕੀਤਾ ਜੀ ਸਕੂਲ ਟਾਈਮ ਹੁਣ ਵੀ ਚੇਤੇ ਆਉਂਦਾ ਅਸੀਂ ਕੱਲ੍ਹ ਜਾਣਾ ਪੀ ਦਰਬਾਰ ਸਾਹਿਬ ਮਦਰ ਕੀ ਅੱਜ ਮਦਰ ਨੂੰ ਨਾ ਆਪਣੀ ਸਹੇਲੀ ਨਹੀਂ ਯਾਦਾਂ ਆਉਂਦੀਆਂ ਸਹੇਲੀਆਂ ਦੀਆਂ ਯਾਦਾਂ ਸਾਰਿਆਂ ਨੂੰ ਆਉਂਦੀਆਂ ਨਾ ਸਹੇਲੀਆਂ ਜਦੋਂ ਦੂਰ ਹੋ ਜਾਂਦੀਆਂ ਅੱਛਾ ਅੱਛਾ ਮੇਰਾ ਇੱਕੋ ਹੀ ਯਾਰ ਸੁੰਦਰ ਚੱਕੀ ਵਾਲਾ ਉਹ ਬੰਦਾ ਘੈਂਟ ਹੀਰਾ ਬੰਦਾ ਉਹਨੇ ਮੇਰਾ ਸਾਥ ਬੜਾ ਦਿੱਤਾ ਵੀ ਕਹਿੰਦੇ ਵੀ ਲੋਕ ਕਹਿੰਦੇ ਵੀ ਵੀ ਆਪਾਂ ਨੂੰ ਕੋਈ ਵੀ ਆਪਣਾ ਯਾਰ ਨਹੀਂ ਬਣਾਉਣਾ ਚਾਹੀਦਾ ਸੱਚੀ ਜਿਹੜਾ ਜੀ ਮੇਰਾ ਜਿਹੜਾ ਯਾਰ ਵਾ ਸੁੰਦਰ ਹਾਂ ਘੈਂਟ ਬੰਦਾ ਸੁੰਦਰ ਮੇਰਾ ਭਰਾ ਐਂਡ ਬੰਦਾ ਅਤੇ ਹੈ ਸੁੰਦਰ ਅਤੇ ਲਾਡੀ ਅਤੇ ਆ ਬੱਬੂ ਅਤੇ ਦਲੇਰ ਸ਼ੇਰ ਸ਼ੰਨੀ ਬਬਲੂ ਮੰਨਾ ਸਾਹਿਬ ਹਿੰਦਾ ਪਿੰਦਾ ਜੋਬਨ ਚਾਚਾ ਅਤੇ ਆਪਣਾ ਵਿੱਕੀ
ਅਤੇ ਹੋਰ ਹੀ ਮੇਰੇ ਯਾਰ ਬਿੱਲੀ ਅਤੇ ਬਹੁਤ ਤਕੜੇ ਯਾਰ ਜਿਹਨੂੰ ਹੁੰਦੇ ਯਾਰ ਵੀ ਜਿਗਰੀ ਸਟੈਂਡ ਅੱਜ ਬਾਹਰੀ ਪਿਆਂਦਰ ਨਹੀਂ ਬੈਠੇ ਬੰਦ ਹੀ ਨਹੀਂ ਕੀਤੀ ਕੱਪੜੇ ਵਾਲਾ ਸਟੈਂਡ ਲੋਕਡਾਊਨ ਵੀ ਲੱਗਣਾ ਵੀ ਉਦੋਂ ਮੈਂ ਹੈਗਾ ਜੀ ਚੰਡੀਗੜ੍ਹ ਹੀ ਉਦੋਂ ਕੰਮ ਦਿਆ ਸੀ ਕਰਨ ਅਤੇ ਉਦੋਂ ਨਾ ਮਾਲਕ ਕਹਿੰਦਾ ਵੀ ਮਾਹੌਲ ਹੋ ਗਿਆ ਖਰਾਬ ਹੋ ਗਿਆ ਹੈ ਨਾ ਵੀ ਇੱਦਾਂ ਹੈ ਨਾ ਮਾਹੌਲ ਖਰਾਬ ਹੋ ਗਿਆ ਅਤੇ ਉਦੋਂ ਸ਼ਾਮੀ ਮੈਂ ਬੈਠੇ 5 ਵਜੇ ਹੈ ਨਾ ਬੈਠਾ ਸੀ ਸ਼ਾਮੀ ਤਾਂ ਰਾਤ ਮੈਨੂੰ ਚਾਚੇ ਦਾ ਮੁੰਡਾ ਲੈ ਗਿਆ ਮੇਰਾ ਅਤੇ ਉਦੋਂ ਲਾਸਟਲੀ ਬੱਸ ਤੁਰੀ ਅਤੇ ਜਦੋਂ ਲੋਕਡਾਊਨ ਲੱਗ ਗਿਆ ਚਲੋ ਫਿਰ ਹਫ਼ਤਾ ਮਹੀਨਾ ਇੱਕ ਪੂਰਾ ਲੋਕਡਾਊਨ ਪੂਰਾ ਹੋਇਆ 15 ਦਿਨ ਤਾਂ ਪੂਰਾ ਐਂ ਜਾਮ ਹੀ ਤਾਂ ਫਿਰ ਘਰੇ ਹੀ ਤਾਰ ਕੀਤੀ ਬਾਪਾ ਨੇ ਵੀ ਹੋਣਾ ਕਦੀ ਨੇ ਚਲੋ ਪਕੌੜੇ ਬਣਾ ਲਓ ਕਦੀ ਨੇ ਕੁਛ ਬਣਾ ਲੈਣਾ ਕਦੀ ਨੇ ਕੁਛ ਅਤੇ ਫਿਰ ਬੈਟ ਬੋਲ ਖੇਡਣਾ ਅਤੇ ਹਵੇਲੀ ਫਿਰ ਕਹਿੰਦੇ ਹਵੇਲੀ ਬੈਟ ਬੋਲ ਖੇਡਣ ਅਤੇ ਪੁਲਿਸ ਆ ਗਈ ਅਸੀਂ ਭੱਜੇ ਦੂਹੋ ਦੂਹ ਅੱਛਾ ਪਾਪਾ ਵੀ ਨਹੀਂ ਪਾਠ 'ਤੇ ਜਾਂਦੇ ਜਦੋਂ ਲੋਕਡਾਊਨ ਸਗੋਂ ਜ਼ਿਆਦਾ ਖਾਧਾ ਲੋਕਡਾਊਨ ਬੜਾ ਇੰਜੋਏ ਕੀਤਾ ਲਾਈਫ ਚ ਫਨ ਸ਼ਾਨ ਬਹੁਤ ਕੀਤਾ ਲੋਕਡਾਊਨ ਚ ਤੇ ਮਾਤਾ ਤੂੰ ਦੱਸ ਕੀ ਕੀਤਾ ਮਾਤਾ ਨੇ ਛੱਤ ਪਾਈ ਜਿਹੜੀ ਇਹ ਉਦੋਂ ਮੈਂ ਉੱਥੇ ਹੀ ਸ਼੍ਰੀਨਗਰ ਉਦੋਂ ਇਹਨਾਂ ਨੇ ਛੱਤ ਪਾਈ ਅਤੇ ਆਹ ਜਿਹੜਾ ਲੈਂਡਰ ਸੀ ਉਦੋਂ ਮੈਂ ਇੱਥੇ ਨੇ ਮੈਂ ਉਦੋਂ ਕਿਤੇ ਗਿਆ ਸੀ ਮਤਲਬ ਜਦੋਂ ਆਹ ਵੀ ਪਿਆ ਹੈ ਨਾ ਹੈ ਨਾ ਛੱਤ ਪਈ ਅਤੇ ਆਹ ਵੀ ਲੈਂਡਰ ਪਿਆ ਉਦੋਂ ਮੈਂ ਇੱਥੇ ਨਹੀਂ ਆ ਗਿਆ ਮੈਂ ਕਿਤੇ ਨਾ ਕਿਤੇ ਹੁੰਦਾ ਸੀ ਅਤੇ ਸ਼੍ਰੀਨਗਰ ਮੈਂ ਬਹੁਤ ਕੰਮ ਕੀਤਾ ਉਦੋਂ ਮੈਂ ਸ਼੍ਰੀਨਗਰ ਅਤੇ ਉਦੋਂ ਉੱਥੇ ਬਹੁਤ ਮਾਹੌਲ ਹੋਇਆ ਹੈ ਨਾ ਮੰਮਾ ਖਰਾਬ ਅਤੇ ਮਾਹੌਲ ਬੜਾ ਖਰਾਬ ਹੈ ਅਤੇ ਉੱਥੇ ਅਤੇ ਮੋਦੀ ਨੇ 300 ਧਾਰਾ ਤੋੜਤੀ ਸੀ ਨਾ ਉੱਥੇ ਉੱਥੇ ਥਾਂ ਧਾਰਾ ਤੋੜੀ ਉੱਥੇ ਹਰ ਕੋਈ ਥਾਂ ਲੈ ਜਾਂਦਾ ਜੀ ਹੈਂ ਉੱਥੇ ਜਿਹੜੀ ਹੈਗੀ ਨਾ ਸ਼੍ਰੀਨਗਰ ਉੱਥੇ ਪਹਿਲਾਂ ਪਿਓਰ ਉੱਥੇ ਪਹਿਲਾਂ ਕੋਈ ਥਾਂ ਨਹੀਂ ਲੈ ਜਾਂਦਾ ਜੀ ਬਾਹਰਲਾ ਬੰਦਾ ਅਤੇ ਹੁਣ ਥਾਂ ਲੈ ਜਾਂਦਾ ਪਰ ਹਾਲੇ ਗਏ ਨੇ ਥਾਂ ਨਹੀਂ ਲਈ ਉੱਦਾਂ ਉੱਥੇ ਉੱਥੋਂ ਦੀ ਧਾਰਾ ਤੋੜਤੀ ਜਾਂਦੇ ਮੋਦੀ ਨੇ ਅਤੇ ਮਾਹੌਲ ਬੜਾ ਖਰਾਬ ਹੈ ਫੌਜ ਹੀ ਫੌਜ ਹੋ ਗਈ ਅਤੇ ਮਾਹੌਲ ਇੰਨਾ ਖਰਾਬ ਹੋ ਗਿਆ ਕਿ ਹਿਸਾਬ ਨਹੀਂ ਹੁਣ ਲੈ ਸਕਦਾ ਪਰ ਹੁਣ ਕੋਈ ਮਹੱਲੇ ਵਿੱਚ ਬੜਾ ਕੋਈ ਉੱਥੇ ਹੁਣ ਥਾਂ ਨਹੀਂ ਲੈ ਸਕਦਾ ਹਾਲੇ ਵੀ ਉੱਦਾਂ ਧਾਰਾ ਤੋੜਤੀ ਆ ਪਰ ਉੱਥੇ ਜਿਹੜੀ ਵੀ ਹਾਲੇ ਕੋਈ ਥਾਂ ਨਹੀਂ ਲੈਦਾ ਪਰ ਕਿਉਂ ਨਹੀਂ ਜਿੱਥੇ ਤੈਨੂੰ ਪਤਾ ਪਾਕਿਸਤਾਨ ਦੀ ਲੋਕ ਹੈਗੀ ਆ ਉੱਥੇ ਜੇ ਕਿਸੇ ਨੇ ਧਾਰਾ ਥਾਂ ਲੈ ਤਾ ਕਰ ਦੇਣਾ ਫਿਰ ਉਹਨਾਂ ਖਤਮ ਡਾਲ ਕੇ ਬੰਬ ਸੱਚੀ ਪਰ ਇੱਥੋਂ ਦੇ ਲੋਕ ਨਹੀਂ ਨਾ ਲੈ ਸਕਦੇ ਪੰਜਾਬ ਦੇ ਬੰਦੇ ਜਾਂ ਹੋਰ ਕਿਸੇ ਸਟੇਟ ਦੇ ਬੰਦੇ ਨਹੀਂ ਥਾਂ ਲੈ ਸਕਦੇ ਅਤੇ ਮੋਦੀ ਨੇ ਬਹੁਤ ਕੰਮ ਖਰਾਬ ਕੀਤਾ ਜੀ ਪਰ ਉੱਥੋਂ ਲੋਕ ਬੜੀ ਵਧੀਆ ਬੜਾ 10-15 ਦਿਨ ਬੜੇ ਔਖੇ ਦਿਨ ਕੱਟੇ ਜੀ ਫਿਰ ਅਸੀਂ ਆਏ ਸਵੇਰੇ ਅਸੀਂ ਉੱਥੋਂ ਫਿਰ ਤੁਰੇ ਹਾਂ 6-5 ਵਜੇ ਅਤੇ ਫਿਰ ਰਾਤ ਪਹੁੰਚੇ ਨਾ 9 ਵਜੇ ਪਹੁੰਚੇ ਸੀ ਰਾਤ ਮੋਟਰਸਾਈਕਲ 'ਤੇ ਆਏ ਸਾਡਾ ਹੋ ਗਿਆ ਇਸੀ ਨਾਥ ਤੇਰੀ ਮੋਟਰ ਸੜ ਗਈ ਅਤੇ ਹੁਣ ਕੱਲ੍ਹ ਪਵਾਂਗੇ ਮੋਟਰ
ਸਾਡੇ ਇੱਕ ਘਰ ਦੀ ਇੱਕ ਖਾਸੀਅਤ ਇੱਕ ਗੱਲ ਹੁੰਦੀ ਆ ਅਤੇ ਅਸੀਂ ਜੇ ਖਾਣਾ ਖਾਣਾ ਮੰਮਾ ਪਾਪਾ ਨੇ ਅਤੇ ਮੈਂ ਅਤੇ ਮੇਰੀ ਵਾਈਫ ਨੇ ਸਾਰਿਆਂ ਨੇ ਇਕੱਠਿਆਂ ਨੇ ਖਾਣਾ ਮੈਂ ਕਿਹਾ ਸਾਡੀ ਇੱਕ ਖਾਸੀਅਤ ਆ ਅਤੇ ਜੇ ਤਾਂ ਖਾਣਾ ਖਾਣਾ ਨਾ ਭਾਵੇਂ ਸਵੇਰੇ ਭਾਵੇਂ ਰਾਤ ਨੂੰ ਅਸੀਂ ਸਾਰਿਆਂ ਨੇ ਇਕੱਠਿਆਂ ਨੇ ਬਹਿ ਕੇ ਨੇ ਖਾਣਾ ਅਤੇ ਇਹ ਨਹੀਂ ਵੀ ਇੱਕ ਕਮਰੇ 'ਚ ਵੱਖਰੇ ਨੇ ਖਾਣਾ ਅਤੇ ਅਸੀਂ ਵੱਖਰੇ ਖਾਣਾ ਨਾ ਸਾਰਿਆਂ ਨੇ ਵੱਖਰੇ ਖਾ ਕੇ ਫਿਰ ਹੀ ਅਸੀਂ ਖਾਣਾ ਖਾਣਾ ਠੀਕ ਆ ਹਾਂਜੀ ਅੱਜ ਦਾ ਵਲੋਗ ਤੁਹਾਨੂੰ ਮੇਰਾ ਵਧੀਆ ਲੱਗਿਆ ਅਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਚੈਨਲ ਕਰ ਦੇਣਾ ਸਪੋਰਟ ਬੈਲ ਆਈਕਨ ਜ਼ਰੂਰ ਦਬਾ ਦੇਣਾ ਮਿਲਦੇ ਨੈਕਸਟ ਵਲੋਗ ਤੋਂ ਬਾਅਦ ਬਾਏ ਟੇਕ